ਅਤੇ ਸਵੇਰ ਦੇ ਕੁਛ ਖਾਧਾ ਹੋਇਆ ਆਪਣਾ, ਅਤੇ ਇੱਧਰ ਆੜੂ ਮੈਗੀ ਇਹਨੂੰ ਕਿ ਬਹਿਣ ਜੀ ਇਸਕੋ ਕਿਆ ਬੋਲਦੇ ਹੈ, ਲੁੱਚੇ, ਖਾਣੇ ਮੇਂ ਮਿੱਠਾ ਖੱਟਾ ਮਿੱਠਾ ਹੋਤਾ ਹੈ, ਥੋੜ੍ਹਾ ਖੱਟਾ ਥੋੜ੍ਹਾ ਮਿੱਠਾ। ਵਿਊ ਵਾ, ਪੂਰਾ ਨੱਟ ਹੀ ਨੱਟ ਹੋਏ ਪਏ ਨੇ ਸੇਬਾਂ ਦੇ ਬਾਗ ਆ, ਜਿਹਨਾਂ ਕੋਲ ਆਪਾਂ ਕਹਿੰਦੇ ਕਰੋੜਾਂ ਰੁਪਏ ਦੇ ਸੇਬਾਂ ਦੇ ਇੱਥੋਂ ਜਿਹੜਾ ਵਪਾਰ ਹੁੰਦਾ ਇਹਦਾ ਜੀ। ਚੈੱਕ ਕਰੋ ਆਪਣਾ ਟੈਂਟ ਲੱਗ ਚੁੱਕਿਆ। ਲਓ ਜੀ ਹੁਣ ਆਪਾਂ ਸ਼ਾਮ ਦਾ ਖਾਣਾ ਬਣਾਉਣ ਲੱਗੇ ਹਾਂ। ਵੀਰ ਜੀ ਕੱਟ ਰਹੇ ਨੇ ਪਿਆਜ਼, ਅਤੇ ਉਦੋਂ ਬਾਅਦ ਤੜਕਾ ਤੁੜਕਾ ਲਾਵਾਂਗੇ, ਚੌਲ ਬਣਾਵਾਂਗੇ ਦੇਸੀ ਘਿਓ 'ਚ, ਦੇਸੀ ਚੌਲ ਬਣਾ ਕੇ ਖਾਵਾਂ, ਚੌਲ ਬਣਾ ਕੇ। ਆਪਾਂ ਜੀ ਚਹਿਲ ਤੋਂ ਚੱਲੇ ਨਾਰਕੰਡਾ, ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਨਾ ਹਾਟੂ ਪੀਕ, ਬਹੁਤ ਸੋਹਣੀ ਜਗ੍ਹਾ ਤੁਹਾਨੂੰ ਦਿਖਾਈ, ਅਤੇ ਹੁਣ ਆਪਾਂ ਚੱਲ ਪਏ ਸੀ ਉੱਥੋਂ ਤਕਰੀਬਨ ਅੱਧਾ ਘੰਟਾ ਹੋ ਗਿਆ ਹਾਟੂ ਪੀਕ ਤੋਂ। ਰਾਮਪੁਰਾ ਹੈਗਾ ਇੱਥੋਂ ਤਕਰੀਬਨ 60 ਕਿਲੋਮੀਟਰ, ਅਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵਲੋਗ ਦੇ ਵਿੱਚ। ਸਾਰਿਆਂ ਨੂੰ ਵੀਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਜਾਂਦੇ ਜਾਂਦੇ ਰਾਹਾਂ ਦਾ ਤੁਹਾਨੂੰ ਵੀ ਇੱਥੋਂ ਨਜ਼ਾਰਾ ਦਿਖਾਉਂਦੇ ਹਾਂ। ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸੋ ਇੱਧਰ ਦੇਖੋ ਵਿਊ ਕਿੰਨਾ ਵਧੀਆ ਬਣ ਰਿਹਾ, ਦੇਵਦਾਰ ਦੇ ਰੁੱਖਾਂ ਦਾ ਕਿਆ ਬਾਤ ਹੈ ਜੀ, ਵੈਲੀ ਗ੍ਰੀਨ ਵੈਲੀ ਹੈ ਜੀ ਪੂਰੀ। ਅਤੇ ਚੱਲਦੇ ਹਾਂ ਆਪਾਂ, ਅਤੇ ਰਾਹ ਦਾ ਵਲੋਗ ਆਪਾਂ ਤੁਹਾਨੂੰ ਬਹੁਤ ਘੱਟ ਬਣਾਵਾਂਗੇ। ਅੱਜ ਪਹੁੰਚਦੇ ਹਾਂ ਰਾਮਪੁਰੇ, ਪਹੁੰਚਦੇ ਹਾਂ ਦੇਖਦੇ ਹਾਂ, ਤਕਰੀਬਨ 3:30 ਦਾ ਟਾਈਮ ਹੋ ਚੁੱਕਿਆ, ਅਤੇ 300 ਤਕਰੀਬਨ 35 ਕਿਲੋਮੀਟਰ ਕੱਢ ਕੇ ਆਪਾਂ ਪਿੰਡੋਂ ਇੱਥੇ ਤੱਕ ਦਾ ਸਫ਼ਰ ਤੈਅ ਕਰ ਚੁੱਕੇ ਹਾਂ। ਨਾਰਕੰਡੇ ਤੋਂ ਥੋੜ੍ਹਾ ਜਿਹਾ ਆਪਾਂ ਅੱਗੇ ਆ ਗਏ ਹਾਂ 5 ਕਿਲੋਮੀਟਰ। ਸੋ ਆਪਾਂ ਇੱਥੋਂ ਰਾਈਡ ਸ਼ੁਰੂ ਕਰਦੇ ਹਾਂ ਹੁਣ ਅਗਲੀ, ਗੁਰੂ ਮਹਾਰਾਜ ਦੇ ਨਾਂ ਲੈ ਕੇ ਬੋਲੇ ਸੋਨੇਹਾ ਅਤੇ ਦਿਨ ਆਪਾਂ ਨੂੰ ਦੂਸਰਾ ਹੀ ਹੈ ਜੀ ਹਾਲੇ, ਕਿਉਂਕਿ ਆਪਾਂ ਨਾਰਕੰਡੇ ਤਾਂ ਨਹੀਂ ਰਹੇ, ਆਪਣੇ ਕੋਲ ਟਾਈਮ ਬਹੁਤ ਹੈ, ਜਿੰਨਾ ਆਪਾਂ ਸਫ਼ਰ ਨਿਕਲ ਗਿਆ ਉਨਾ ਹੀ ਚੰਗਾ, ਧੁੱਪ ਚੜ ਗਈ ਹੁਣ। 2 ਦਿਨ ਤਾਂ ਦੇਖੋ ਹੁਣ ਫੌਜ 'ਚ ਹੀ ਲੰਘੇ ਨੇ ਸਾਡੇ, ਜਿਹੜੇ ਕਿ ਬਹੁਤ ਸੋਹਣੇ ਸੋਹਣੇ ਵਿਊ ਦਿਖਾਉਣੇ ਸੀ, ਹੋਰ ਵੀ ਨਜ਼ਾਰੇ, ਧੁੱਪ ਹੁਣ ਸਾਡੇ ਜਿਹੜੇ ਰੇਨਕੋਟ ਨੇ ਉੱਤਰ ਗਏ, ਅੱਗੇ ਅੱਗੇ ਹੋਰ ਵੀ ਫੁੱਲ ਨਜ਼ਾਰੇ ਹੋਣਗੇ। 335 ਕਿਲੋਮੀਟਰ ਆਪਾਂ ਤੈਅ ਕਰ ਚੁੱਕੇ ਹਾਂ ਕੱਲ੍ਹ ਦੇ ਚੱਲੇ ਹੋਏ। ਪਹਾੜੀ ਏਰੀਏ ਦੇ ਵਿੱਚ ਜਦੋਂ 20 ਕਿਲੋਮੀਟਰ ਕੱਢਣਾ ਨਾ, ਕਈ ਵਾਰੀ ਤੁਹਾਨੂੰ ਘਾਟਾ ਵੀ ਲੱਗ ਸਕਦਾ ਹੈ। ਜਿਹਦੇ ਆਪਾਂ ਹਾਟੂ ਪੀਕ ਜਾ ਕੇ ਆਏ ਸੀ ਪਿਛਲੀ ਵੀਡੀਓ ਦੇ ਵਿੱਚ, ਬਹੁਤ ਨਹਿਰੋ ਰੋਡ ਦੀ 5-7 ਵੱਡਦੀ ਸੀ, ਔਰ ਜਲੇਬੀ ਨਾਲੋਂ ਵੀ ਵੱਧ ਬਲ ਸੀ ਉਹਦੇ 'ਤੇ, ਅਤੇ ਚੜ੍ਹਨਾ ਵੀ ਮੁਸ਼ਕਲ ਹੈ ਅਤੇ ਉਤਰਨਾ ਉਦੋਂ ਵੀ ਮੁਸ਼ਕਲ ਹੈ, ਦੋਨੇ ਬੋਰਲਾ ਅਤੇ ਪਿਛਲੇ ਬ੍ਰੇਕਾਂ ਦੇ ਸਹਾਰੇ ਉੱਤਰਦਾ ਮੋਟਰਸਾਈਕਲ ਉੱਤੋਂ। ਅਤੇ ਸਵੇਰ ਦੇ ਕੁਛ ਖਾਧਾ ਹੋਇਆ ਆਪਣਾ, ਅਤੇ ਇੱਧਰ ਆੜੂ ਮੈਗੀ ਇਹਨੂੰ ਕਿ ਬਹਿਣ ਜੀ ਇਸਕੋ ਕਿਆ ਬੋਲਦੇ ਹੈ, ਲੁੱਚੇ, ਖਾਣੇ ਮੇਂ ਮਿੱਠਾ ਖੱਟਾ ਮਿੱਠਾ ਹੁੰਦਾ, ਥੋੜ੍ਹਾ ਖੱਟਾ ਥੋੜ੍ਹਾ ਮਿੱਠਾ, ਔਰ ਆਪਾਂ ਨੇ ਇਹਨਾਂ ਤੋਂ ਬਣਾਈ ਹੈ ਮੈਗੀ ਅਤੇ ਨਾਲ ਚਾਹ। 3:30 ਦਾ ਟਾਈਮ, 3:30 ਤੋਂ ਉੱਪਰ ਹੀ ਹੋ ਗਏ, ਇੱਥੋਂ ਚਾਹ ਮੈਗੀ ਖਾਣ ਅਤੇ ਆਪਾਂ ਪਹੁੰਚਾ ਫਿਰ ਆਪਣਾ ਖੜਾ ਖਾ। ਪੂਰਾ ਨੱਟ ਹੀ ਨੱਟ ਹੋਏ ਪੈਸੇ ਕਰਕੇ ਦਿਖਾਉਂਦੇ ਹਾਂ।
ਅਤੇ ਆਪਾਂ ਰਾਮਪੁਰੇ ਤੋਂ ਤਕਰੀਬਨ ਇੱਥੋਂ ਅੱਧਾ ਪੌਣੇ ਘੰਟੇ ਦਾ ਰਾਹ ਰਹਿ ਗਿਆ ਰਾਮਪੁਰੇ ਦਾ, ਅਤੇ ਜ਼ਿਲ੍ਹਾ ਪੈਂਦਾ ਇਹਨੂੰ ਸ਼ਿਮਲਾ, ਇਹ ਸਾਰਾ ਸ਼ਿਮਲਾ ਜ਼ਿਲ੍ਹਾ ਚੱਲ ਰਿਹਾ ਹਾਲੇ। ਉਦੋਂ ਬਾਅਦ ਸਪਿਤੀ ਵੈਲੀ ਕਹਿੰਦੇ ਕਿਨੌਰ ਡਿਸਟ੍ਰਿਕਟ ਸ਼ੁਰੂ ਹੋ ਜੂਗਾ, ਅਤੇ ਇੱਥੇ ਹੀ ਮਿਲਦਾ ਸਤਲੁਜ ਦਰਿਆ ਦੇ ਹੁਣ ਕਿਨਾਰੇ ਕਿਨਾਰੇ ਚੱਲਾਂਗੇ ਆਪਾਂ। ਆਹ ਦੇਖੋ ਸਤਲੁਜ ਵਗ ਰਿਹਾ, ਅਤੇ ਇਹ ਉਹ ਸਤਲੁਜ ਹੈ ਜਿਹੜਾ ਕਿ ਨੰਗਲ ਭਾਖੜਾ ਨੰਗਲ ਨੂੰ ਜਾ ਕੇ ਮਿਲਦਾ, ਕਹਿੰਦਾ ਭਾਖੜਾ ਅਤੇ ਹੋਰ ਨਹਿਰਾਂ ਬਣ ਜਾਂਦੀਆਂ ਨੇ। ਇਹ ਹੈ ਜੀ ਸਤਲੁਜ ਦਰਿਆ, ਦੇਖ ਰਹੇ ਹੋ, ਪਰ ਇੱਥੇ ਸੇਕ ਪੈ ਰਿਹਾ, ਕਿਉਂ ਹੁਣ ਜਦੋਂ ਡਾਊਨ ਆ ਗਏ ਇਹ, ਫਿਰ ਇਹਦੇ ਉੱਪਰ ਜਦੋਂ ਕਿਨੌਰ ਡਿਸਟ੍ਰਿਕਟ ਸ਼ੁਰੂ ਹੋਊਗਾ ਰਾਮਪੁਰੇ ਤੋਂ ਉੱਪਰ ਨੂੰ ਚਲੇ ਜਾਣਾ ਆਪਾਂ ਨੇ। ਇੱਥੇ ਪੂਰੀ ਤਪਸ਼ ਹੈ, ਇੱਧਰ ਦੇਖੋ ਮੈਂ ਜਾ ਰਹੀਆਂ ਨੇ ਬਿਲਕੁਲ ਪਿਓਰ ਵਾਈਟ ਕਲਰ ਦੀਆਂ ਨੇ। ਅਤੇ ਹੁਣ ਮੈਂ ਥੱਕ ਗਿਆ ਸੀ ਥੋੜ੍ਹਾ ਜਿਹਾ, ਡੀਪੀ ਡਰਾਈਵਿੰਗ ਕਰ ਰਿਹਾ ਹਾਂ, ਡੀਪੀ ਨੂੰ ਵਧੀਆ ਤਜਰਬਾ ਮੋਟਰਸਾਈਕਲ ਚਲਾਉਣ ਦਾ, ਹੁਣ ਡਿਊਟੀ ਇਹਦੀ ਲਾ ਦਿੱਤੀ ਮੁੰਡੇ ਦੀ, ਵੀ ਭਾਈ ਤੂੰ ਮੈਨੂੰ ਦਮ ਦਵਾ, ਕੱਲ੍ਹ 300-350 ਕਿਲੋਮੀਟਰ ਮੈਂ ਇਕੱਲੇ ਨੇ ਕੱਢਿਆ। ਲਓ ਜੀ ਹੁਣ ਆਪਣਾ ਜਿਹੜਾ ਸਫ਼ਰ ਹੈ, ਹੁਣ ਪਹਿਲਾਂ ਵੀ ਤੁਹਾਨੂੰ ਦੱਸ ਸਕਿਆ ਚੁੱਕਿਆ ਵੀ ਸਤਲੁਜ ਦਰਿਆ ਦੇ ਨਾਲ ਨਾਲ ਜਾਣਾ, ਬਿਲਕੁਲ ਆਪਾਂ ਬਰਾਬਰ ਆ ਗਏ ਹਾਂ। ਪਰ ਜਿਹੜਾ ਸਤਲੁਜ ਦਰਿਆ ਪੂਰਾ ਠਾਠਾ ਮਾਰਦਾ ਚੱਲ ਰਿਹਾ, ਅਤੇ ਅੱਗੇ ਜਾ ਕੇ ਇਹ ਨੰਗਲ ਡੈਮ ਤੱਕ, ਉਦੋਂ ਅੱਗੇ ਦੇਖ ਲਓ ਬੰਨ ਪਾ ਰਿਹਾ ਗਿਆ, ਭਾਖੜਾ ਨਿਕਲ ਗਈ, ਨਹਿਰਾਂ ਨਿਕਲ ਜਾਂਦੀਆਂ ਨੇ, ਕਰੋ ਦਰਸ਼ਨ ਸਤਲੁਜ ਦਰਿਆ ਦੇ। ਅਤੇ ਇਹਦੇ ਨਾਲ ਨਾਲ ਆਪਣਾ ਕਾਫੀ ਸਫ਼ਰ ਰਹੂਗਾ, ਨਾਲ ਹੀ ਦਰਿਆ ਦੇ ਉੱਪਰਲੇ ਪਾਸੇ ਦੇਖ ਰਹੇ ਹੋ ਕ੍ਰੈਸ਼ਰ ਲੱਗਿਆ ਹੋਇਆ, ਜਿਹਨੇ ਕਿ ਬਜਰੀ ਬਣਦੀ ਹੈ ਵੱਡੇ ਪੱਥਰਾਂ ਤੋਂ, ਇਹਦੇ 'ਚ ਉਹ ਸਾਹਮਣੇ ਦੇਖ ਰਹੇ ਹੋ ਕ੍ਰੈਸ਼ਰ ਫੈਕਟਰੀ ਹੈ ਜਿਹਦੇ ਕਿ ਬਜਰੀ ਬਣ ਕੇ ਆਪਣੇ ਤੱਕ ਪਹੁੰਚਦੀ ਹੈ। ਓਵਰ ਰੋਡਿੰਗ ਆ ਗਈ, ਫ੍ਰੀ ਦਾ ਬਿਊਟੀ ਪਾਰਲਰ ਲੱਗ ਰਿਹਾ, ਪਾਊਡਰ ਲੱਗ ਰਿਹਾ ਸਾਡੇ ਫ੍ਰੀ ਦਾ, ਲੋਕ ਦਾ ਬਿਊਟੀ ਪਾਰਲਰ 'ਚ ਜਾ ਕੇ ਖਰਚ ਕਰਦੇ ਨੇ, ਇੱਥੇ ਫ੍ਰੀ ਹੋ ਰਿਹਾ, ਜਿਹਨੇ ਕਰਾਉਣੇ ਆ ਜੀ ਇੱਥੇ ਇੱਧਰ ਨੂੰ ਆ ਜਾਓ। ਇਹੀ ਸਫ਼ਰਾਂ ਦਾ ਨਜ਼ਾਰਾ ਹੈ, ਅਤੇ ਕਦੀ ਆਫ ਰੋਡਿੰਗ, ਕਦੀ ਵਧੀਆ, ਕਦੀ ਕਿਹੋ ਜਿਹੇ ਨਾ। ਇਹ ਸਾਰਾ ਡੇਂਜਰ ਜ਼ੋਨ ਏਰੀਆ ਜੀ, ਲੈਂਡ ਸਲਾਈਡ ਆ ਏਰੀਆ, ਦੇਖੋ ਕਿੱਡੇ ਕਿੱਡੇ ਸਿਰਫ ਪੱਥਰ ਹੀ ਪੱਥਰ ਹੈ, ਉੱਪਰ ਤੱਕ ਪਹਾੜ ਤੱਕ ਨਜ਼ਰ ਮਾਰੋ, ਅਤੇ ਦੇਖ ਕੇ ਲਾਇਆ ਹੋਇਆ। ਲਓ ਜੀ ਰਾਮਪੁਰੇ ਤੋਂ ਪਹਿਲਾਂ ਆਪਾਂ ਨੂੰ ਗੇਟ ਆਇਆ ਇੱਕ, ਅਤੇ ਇਹੋ ਜਿਹੇ ਆਪਾਂ ਨੂੰ ਇੱਧਰ ਹਿਮਾਚਲ 'ਚ ਗੇਟ ਕਾਫੀ ਮਿਲਣਗੇ ਆਪਾਂ ਨੂੰ, ਅਤੇ ਵਿਊ ਚੈੱਕ ਕਰੋ ਤੁਸੀਂ, ਅਤੇ ਸਤਲੁਜ ਦਰਿਆ ਦੇ ਕੰਢੇ ਕੰਢੇ ਜਾ ਰਹੇ ਹਾਂ। ਲਓ ਜੀ ਬੋਰਡ ਲੱਗਿਆ ਹੈ ਰਾਮਪੁਰਾ 3 ਕਿਲੋਮੀਟਰ, ਸਰਹਾਨ ਹੈ 42, ਰੋਕੋਂਗ ਵੀ ਉਹ 105, ਅਤੇ ਕਾਜਾ 301, ਤਕਰੀਬਨ 450 ਕਿਲੋਮੀਟਰ ਅੱਗੋਂ ਆਪਾਂ ਕੱਢੇ ਆਏ ਹਾਂ, ਅਤੇ ਰਾਮਪੁਰਾ ਇੱਥੋਂ ਸਮਝੋ ਸਟਾਰਟ ਹੀ ਹੋ ਜਾਂਦਾ, ਅਤੇ ਆ ਝੁੱਗੀਆਂ ਝੋਂਪੜੀਆਂ ਜੀ ਪਾਈਆਂ ਹੋਈਆਂ ਇੱਧਰ, ਲੋਹਾਰਾਂ ਨੇ ਲੋਹਾਰਾਂ ਦਾ ਕੰਮ ਕਰਦੇ। ਲਓ ਜੀ ਰਾਮਪੁਰ ਸ਼ਹਿਰ ਤੇ ਆਪਾਂ ਇੱਕ ਕਰ ਚੁੱਕੇ ਹਾਂ, ਪਹਿਲੇ ਸ਼ੁਰੂ ਹੋ ਜਾਂਦਾ ਹੈ ਰਾਮਪੁਰ ਸ਼ਹਿਰ। ਦੀਦੀ ਇੱਥੇ ਖਾ ਕੇ ਨਾ ਆਪਾਂ ਸਬਜ਼ੀ ਲੈਣੀ ਹੈ ਥੋੜ੍ਹੀ ਜਿਹੀ, ਹਾਂਜੀ ਹਾਂਜੀ, ਅਤੇ ਖਾ ਕੇ ਆਪਾਂ ਸ਼ਾਮ ਦਾ ਖਾਣਾ ਬਣਾ ਲਈਏ। ਦੇਖੋ ਮਹਾਵੀਰ ਦੀ ਬਹੁਤ ਸੋਹਣੀ ਪਰਮਾਤਮਾ ਬਣੀ ਹੋਈ ਹੈ ਮੂਰਤੀ, ਅਤੇ ਮੰਦਰ ਹੈ ਜੀ ਇਹ ਮਹਾਵੀਰ ਦਾ, ਅਤੇ ਇਹ ਰਾਮਪੁਰੇ 'ਚ ਹੀ ਹੈ ਰਾਮਪੁਰਾ। ਇੱਧਰ ਨੀਚੇ ਵੀ ਸ਼ਹਿਰ ਦੱਸਿਆ ਜੀ ਰਾਮਪੁਰ, ਬਹੁਤ ਸੋਹਣਾ ਵਿਊ ਆ ਰਿਹਾ ਇੱਥੋਂ।
ਜਿਹੜਾ ਰਾਮਪੁਰ ਸ਼ਹਿਰ ਹੈ ਸਾਰਾ ਸਤਲੁਜ ਦੇ ਕੰਢੇ ਵਸਿਆ ਹੋਇਆ ਜੀ। ਦੇਖੋ ਆਹ ਸ਼ੁਰੂ ਹੋ ਜਾਂਦਾ ਅਤੇ ਕੁਛ ਥੱਲੇ ਹੈ ਬਿਲਕੁਲ ਕਿਨਾਰੇ ਅਤੇ ਕੁਛ ਉੱਪਰ ਤੱਕ ਗਿਆ ਹੋਇਆ। ਥੋੜ੍ਹੇ ਜਿਹੇ ਘਰ ਖੱਬੇ ਨੇ, ਥੋੜ੍ਹੇ ਸੱਜੇ ਪਾਸੇ ਨੇ, ਕਾਫੀ ਤਾਂ ਸਤਲੁਜ ਪਾਰ ਕਰਕੇ ਹੀ ਨੇ ਜ਼ਿਆਦਾ ਤਾਂ। ਉੱਪਰੇ ਮਾਰਕੀਟ ਸਬਜ਼ੀ ਮਾਰਕੀਟ ਹੈ ਮੇਨ ਰੋਡ 'ਤੇ ਅਤੇ ਖਾਣ ਪੀਣ ਦਾ ਵੀ ਸਮਾਨ ਹੈ, ਇੱਥੋਂ ਆਪਾਂ ਕੁਛ ਲੈਂਦੇ ਹਾਂ। ਅਤੇ ਆਹ ਲੈ ਲਿਆ ਆਪਾਂ ਥੋੜ੍ਹਾ ਥੋੜ੍ਹਾ ਸਮਾਨ ਆ ਸਬਜ਼ੀ ਭਾਜੀ ਦਾ, ਅਤੇ ਅੱਗੇ ਕਰਦੇ ਹਾਂ ਕੈਂਪਿੰਗ ਆ ਅਤੇ ਇੱਥੇ ਬਣਾ ਲਾਂਗੇ। ਚੱਲੀਏ ਬਈ ਫਿਰ ਟਿੱਕਾਂ ਨੇ ਟਿੱਕਾਂ ਲਾ ਕੇ ਆਪਾਂ ਫਿਰ ਇਹ ਆਪਣਾ ਆਪ ਅੰਦਰ ਚਲੇ ਜਾਂਦੀਆਂ ਨੇ ਅਤੇ ਇਸੇ ਤਰ੍ਹਾਂ ਹੀ ਇਹ ਬਣਦੀਆਂ ਨੇ, ਫੋਲਡ ਵੀ ਇਸੇ ਤਰ੍ਹਾਂ ਹੀ ਹੋ ਜਾਂਦੀਆਂ ਨੇ। ਜੀ ਚੈੱਕ ਕਰੋ ਆਪਣਾ ਟੈਂਟ ਲੱਗ ਚੁੱਕਿਆ। ਲਓ ਜੀ ਆਪਾਂ ਟੈਂਟ ਲਾ ਲਿਆ ਇੱਥੇ, ਅਤੇ ਇਹ ਸਾਰਾ ਦਫ਼ਤਰ ਬਿਜਲੀ ਬੋਰਡ ਵਾਲਾ, ਅਤੇ ਇੱਥੇ ਭਾਈ ਸਾਹਿਬ ਨੇ ਆਪਣੀ ਇਹਨਾਂ ਨੇ ਬਹੁਤ ਹੈਲਪ ਕਰੀ ਹੈ, ਬਹੁਤ ਹੈਲਪਫੁੱਲ ਨੇ। ਲਓ ਜੀ ਹੁਣ ਆਪਾਂ ਸ਼ਾਮ ਦਾ ਖਾਣਾ ਬਣਾਉਣ ਲੱਗੇ ਹਾਂ। ਵੀਰ ਜੀ ਕੱਟ ਰਹੇ ਨੇ ਪਿਆਜ਼, ਅਤੇ ਉਦੋਂ ਬਾਅਦ ਤੜਕਾ ਤੁੜਕਾ ਲਾਵਾਂਗੇ, ਚੌਲ ਬਣਾਵਾਂਗੇ ਦੇਸੀ ਘਿਓ 'ਚ, ਚੌਲ ਬਣਾ ਕੇ ਖਾਵਾਂ, ਚੌਲ ਬਣਾ ਕੇ ਖਾਵਾਂਗੇ, ਅਤੇ ਫਿਰ ਨਾਲੇ ਤੁਹਾਨੂੰ ਵੀ ਖਵਾਵਾਂਗੇ। ਹਾਂ ਸਬਜ਼ੀ ਸੁਬਜ਼ੀ ਅਸੀਂ ਲੈ ਲਈ ਸੀਗੀ ਰਸਤੇ 'ਚੋਂ। ਸੋ ਓਕੇ ਜੀ ਆਪਣਾ ਗੈਸ ਜਿਹੜਾ ਚਾਲੂ ਹੋ ਗਿਆ, ਦੇਖੀ ਉਹਦੇ ਅਸੀਂ ਪਾ ਲਿਆ, ਸੋ ਹੋ ਗਿਆ ਸਟਾਰਟ ਆਪਣਾ। ਹੁਣ ਲੱਗੂਗਾ ਤੜਕਾ, ਬਹੁਤ ਸੋਹਣੀ ਕਰਨਾ, ਅਤੇ ਦੇਸੀ ਘਿਓ ਪਾਇਆ ਜੀ ਆਪਾਂ ਨੇ ਇਹ 'ਚ, ਲੂਣ ਮਿਰਚ ਕੱਟੋ, ਹਲੋ ਜੀ ਵੀਰ ਜੀ ਲਾ ਰਹੇ ਨੇ ਤੜਕਾ, ਤੜਕਾ ਲਾ ਰਹੇ ਜੀ, ਲਾਈਟ ਹੈ ਨਹੀਂ ਇੱਥੇ, ਹਨੇਰਾ ਹੋ ਗਿਆ, ਲਾਈਟ ਨਹੀਂ ਹੈਗੀ, ਅਤੇ ਆਹ ਆਪਾਂ ਜਿਹੜੀ ਲਾਈਟ ਲੈ ਇਹਦੇ ਨਾਲ ਕੰਮ ਸਾਰ ਰਹੇ ਹਾਂ, ਅਤੇ ਚੌਲ ਬਣਾਉਂਦੇ ਹਾਂ ਫਿਰ ਮਿਲਦੇ ਹਾਂ। ਚਲੋ ਲਓ ਜੀ ਚੌਲ ਆਪਣੇ ਬਣ ਗਏ, ਅਤੇ ਇੱਧਰ ਦੀਪੀ ਦੇ ਪਾਤੇ, ਇਸ ਟਾਈਮ ਕੈਮਰਾ ਜਿਹੜਾ ਦੀਪੀ ਦੇ ਹੱਥ ਹੈ, ਥੋੜ੍ਹਾ ਜਿਹਾ ਹਨੇਰਾ ਜ਼ਰੂਰ ਹੈ ਕਿਉਂਕਿ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਇੱਥੇ, ਆਪਣੇ ਕੋਲ ਟੋਰਚ ਹੈ ਉਹਦੇ ਨਾਲ ਹੀ ਹੈ, ਚੌਲ ਦੱਸਦੇ ਹਾਂ ਤੁਹਾਨੂੰ ਕਹੋਗੇ ਮੇਰਾ। ਨੋਟ ਬੈਡ, ਬਹੁਤ ਵਧੀਆ ਬਣ ਗਏ, ਅਤੇ ਪਹਿਲਾ ਐਕਸਪੀਰੀਅੰਸ ਹੈ ਆਪਣੇ ਹੱਥੀਂ ਪਹਿਲੇ ਚੌਲ ਬਣਾਏ ਨੇ, ਵਧੀਆ ਬਣ ਗਏ। ਚਲੋ ਜੀ ਖਾਂਦੇ ਹਾਂ ਫਿਰ ਹੁਣ। ਓਕੇ ਦੀਪੀ, ਅਤੇ ਆਪਾਂ ਪਹੁੰਚ ਗਏ ਸੀਗੇ ਜੀ ਇੱਥੇ, ਕੈਂਪਿੰਗ ਟੈਂਟ ਲਾਈ ਹੈ ਅਤੇ ਚੌਲ ਬਣਾ ਕੇ ਖਾਧੇ ਨੇ, ਅਤੇ ਇਹ ਆਪਾਂ ਚਹਿਲ ਤੋਂ ਸ਼ੁਰੂ ਹੋ ਕੇ ਫਿਰ ਕੁਫਰੀ ਰਾਹੀਂ ਹੋ ਕੇ ਪਹੁੰਚੇ ਰਾਮਪੁਰ। ਰਾਮਪੁਰ ਤੋਂ ਥੋੜ੍ਹਾ 2 ਕਿਲੋਮੀਟਰ ਉੱਪਰ ਆਪਾਂ ਨੂੰ ਬਿਜਲੀ ਬੋਰਡ ਦਫ਼ਤਰ ਦੇ ਵਿੱਚ ਬੰਦਾ ਮਿਲ ਗਿਆ ਸੀਗਾ, ਅਤੇ ਉਹਨਾਂ ਨੇ ਕਿਹਾ ਯਾਰ ਆ ਜਾਓ ਤੁਸੀਂ ਇੱਥੇ ਕੈਂਪਿੰਗ ਕਰੋ, ਲਾਈਟ ਥੋੜ੍ਹੀ ਜਿਹੀ ਇੱਥੇ ਬਲਬ ਹੈ ਨੀਗਾ। ਅਤੇ ਅੱਜ ਦੇ ਬਲੌਗ ਦੀ ਸਮਾਪਤੀ ਇੱਥੇ ਕਰਦੇ ਹਾਂ, ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਮਿਲਦੇ ਜੀ ਫਿਰ ਸਵੇਰੇ, ਰੱਬ ਰਾਖਾ।